ਸਤਿ ਸ੍ਰੀ ਅਕਾਲ ਦੋਸਤੋ ਪੰਜਾਬ نیوز ਟੀਵੀ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਇਆਂ ਨੂੰ ਹੁਣੇ-ਹੁਣੇ ਇਸ ਮਸ਼ਹੂਰ ਹਸਤੀ ਦੀ ਹੋਈ ਮੌਤ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇ ਨਾਲ ਲੋਕਾਂ ਨੇ ਚਾਹਿਆ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੈਣ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਕਰ ਦੇਣਾ ਕੈਨੇਡਾ ਦੇ ਸਾਬਕਾ ਪ੍ਰਧਾਨ ਮੰਤਰੀ ਬਰਾਇਨ ਮੂਲ ਰੋਨੇ ਦੀ ਮੌਤ ਹੋ ਗਈ ਹੈ ਉਹਨਾਂ ਨੇ ਆਪਣੇ ਦੇਸ਼ ਨੂੰ ਸੰਯੁਕਤ ਰਾਜ ਅਮਰੀਕਾ ਨਾਲ ਇੱਕ ਵਿਆਪਕ ਮੁਕਤ ਵਪਾਰ ਸਮਝੌਤਾ ਕਰਨ ਲਈ ਗੁਵਾਈ ਕੀਤੀ ਸੀ ਉਹ 84 ਸਾਲ ਦੇ ਸਨ ਮੂਲ ਰੋਣੀ ਜਿਸ ਦੇ ਵਿੱਚ 1984 ਤੋਂ 1993 ਤੱਕ ਕੈਨੇਡਾ ਦੇ ਪ੍ਰਧਾਨ ਮੰਤਰੀ ਵਜੋਂ ਸੇਵਾ ਨਿਭਾਈ ਸੀ ਨੇ ਵੀਰਵਾਰ ਨੂੰ ਆਖਰੀ ਸਾਲ ਇਹ ਬ੍ਰਾਇਨ ਮੂਲਰੋਨੀ ਆਪਣੇ ਵਿਵਾਰ ਲਈ ਜਾਣੇ ਜਾਂਦੇ ਜੋ ਪ੍ਰਤੀਗਲ ਸ਼ੀਲ ਕੰਜ਼ਰਵੇਟਿਵ ਨੇਤਾਵਾਂ ਜੋ ਇੱਕ ਲਾਰਕ ਰੋਬਰਟਸਨ ਸੈਂਡਫੀਲਡ ਅਤੇ ਜੌਨ ਡਿਫੇਨ ਬ੍ਰੇਕ ਆਦਿ ਉਹਨਾਂ ਦੇ ਸਾਬਕਾ ਜਨਸ਼ੀਲਾਂ ਦੇ ਉਲਟ ਸਨ ਕੈਨੇਡਾ ਦੇ ਆਇਰਨ ਉਲ ਕੰਪਨੀ ਦੇ ਪ੍ਰਬੰਧਕ ਦੇ ਵਿੱਚ ਆਪਣੇ ਪਿਛੋਕਰ ਤੇ ਕਾਨੂੰਨੀ ਮੁਹਾਰਤ ਦੇ ਨਾਲ ਉਹਨਾਂ ਕੋਲ ਆਪਣੀ ਆਇਰਿਸ਼ੀ ਮਹਰਸ ਦੇ ਨਾਲ ਲੋਕਾਂ ਨੂੰ ਆਸਾਨੀ ਨਾਲ ਪ੍ਰਭਾਵਿਤ ਕਰਨ ਦਾ ਤਰੀਕਾ ਸੀ ਆਪਨੇ ਕਾਰਜਕਾਲ ਤੋਂ ਬਾਹਰ ਹੋਣ ਤੇ ਮੁਲਰੋਨੀ ਨੂੰ ਵੱਡੀ ਅਪਰਸਥਿਤੀ ਦਾ ਸਾਹਮਣਾ ਕਰਨਾ ਪਿਆ ਸੀ ਬਾਕੀ ਖਬਰਾਂ ਮੰਤਲਕ ਦੇਖ